ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਫਿਰ ਸੰਘਰਸ਼ 'ਚ ਬੈਠੇ ਹਾਂ, ਜਿਵੇਂ ਧੁੰਦ ਇੰਨੀ ਆ ਵੀ ਹੱਥ ਨੂੰ ਹੱਥ ਨਹੀਂ ਦਿੰਦਾ। ਅੱਜ ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਬਾਰੇ ਗੱਲਬਾਤ ਕਰਦੇ ਹਾਂ, ਜਿਹੜੀ ਸਾਡੇ ਕਿਸਾਨ ਆਗੂ ਅਤੇ ਸਰਕਾਰ ਦੀ ਮੀਟਿੰਗ ਹੋਈ। ਆਈ ਥਿੰਕ 9ਵੀਂ ਮੀਟਿੰਗ ਹੋਈ ਆ, 9ਵੀਂ ਮੀਟਿੰਗ ਵੀ ਬੇਸੱਟਾ ਰਹੀ, ਪਰ ਅੱਜ ਦੀ ਮੀਟਿੰਗ ਜੋ ਸਰਕਾਰ ਦੇ ਨਾਲ ਹੋਈ ਆ ਉਹਦਾ ਉਹਦੀ ਰੂਪ ਰੇਖਾ ਨੂੰ ਜੇ ਅਸੀਂ ਸਮਝੀਏ ਤਾਂ ਅੱਜ ਸਰਕਾਰ ਦੇ ਜਿਹੜੇ ਉੱਥੇ ਮੰਤਰੀ ਆਏ ਹੋਏ ਸੀ ਉਹਨਾਂ ਨੇ ਕਿਹਾ ਵੀ ਜੀ ਅਸੀਂ ਰੱਦ ਨਹੀਂ ਕਰਨੇ, ਤੁਸੀਂ ਜੋ ਕਰਨਾ ਕਰ ਲਓ। ਸੋ ਇਹੋ ਜਿਹੀ ਸਟੇਟਮੈਂਟ ਆ ਜਿਹੜੀ, ਇਹਦੇ 'ਚ ਉਹਨਾਂ ਦੀ ਐਰੋਗੈਂਸ ਝਲਕਦੀ ਆ, ਹੈ ਨਾ। ਫਿਰ ਜੋ ਕਰਨਾ ਕਰ ਲਓ ਤਾਂ ਫਿਰ ਜਿਹੜੇ ਸਾਡੇ ਗੈਰਤ 'ਤੇ ਸੱਟ ਵੱਜਦੀ ਆ, ਅਤੇ ਜਿਹੜੀਆਂ ਕੌਮਾਂ ਉਹ ਗੈਰਤ ਨਾਲ ਲੜਦੀਆਂ ਹੁੰਦੀਆਂ ਅਤੇ ਜਿਉਂਦੀਆਂ ਵੀ ਉਹੀ ਰਹਿੰਦੀਆਂ ਹੁੰਦੀਆਂ ਜਿਹੜੀਆਂ ਕੌਮਾਂ 'ਚ ਗੈਰਤ ਹੋਵੇ। ਜਿਹੜੀਆਂ ਕੌਮਾਂ 'ਚ ਗੈਰਤ ਨਾ ਹੋਵੇ ਉਹ ਕੌਮਾਂ ਜਿਉਂਦੀਆਂ ਵੀ ਨਹੀਂ ਰਹਿੰਦੀਆਂ ਹੁੰਦੀਆਂ। ਸੋ ਹੁਣ ਗੱਲ ਉਹ ਹੋ ਗਈ ਵੀ ਜਿਵੇਂ ਪੁਰਾਤਨ ਸਮਿਆਂ 'ਚ ਸਿੰਘ ਕਹਿੰਦੇ ਰਹੇ ਹੁੰਦੇ ਸੀ ਨਾ ਵੀ ਜੇ ਪੰਥ ਹੀ ਨਹੀਂ ਰਹਾ ਤਾਂ ਗ੍ਰੰਥ ਕੌਣ ਮਾਨੇਗਾ, ਹੈ ਨਾ। ਹੁਣ ਗੱਲ ਉੱਥੇ ਆ ਗਈ ਹੈ, ਜੇ ਪੰਥ ਹੀ ਨਹੀਂ ਰਹਾ ਤਾਂ ਗ੍ਰੰਥ ਕੌਣ ਮਾਨੇਗਾ, ਔਰ ਸਿੰਘ ਇਕੱਠੇ ਹੋ ਜਾਂਦੇ ਹੁੰਦੇ ਸੀ। ਸੋ ਸਾਨੂੰ ਵੀ ਹੁਣ ਮੈਨੂੰ ਲੱਗਦਾ ਇਹ ਗੱਲ ਸਮਝ ਲੈਣੀ ਚਾਹੀਦੀ ਆ, ਸਾਡੀ ਗੈਰਤ 'ਤੇ ਸੱਟ ਵੱਜੀ ਆ। ਅਗਲੀ ਗੱਲ ਸਰਕਾਰਾਂ ਦੀ ਜੇ ਆਪਾਂ ਕਰ ਲਈਏ, ਸਰਕਾਰਾਂ ਜਿਸ ਢੰਗ ਨਾਲ ਸਾਜ਼ਿਸ਼ਾਂ ਘੜਦੀਆਂ ਜਾਂ ਹਾਲਾਤ ਪੈਦਾ ਕਰਦੀਆਂ, ਉਹਨਾਂ ਹਾਲਾਤਾਂ ਕਰਕੇ ਹੀ ਇਹ ਸੰਘਰਸ਼ ਖੜਾ ਹੋਇਆ, ਇਹ ਐਜੀਟੇਸ਼ਨ ਖੜੀ ਹੋਈ ਆ, ਅਤੇ ਅੱਜ ਤੁਸੀਂ ਕਹਿੰਦੇ ਹੋ ਜੋ ਕਰਨਾ ਕੁਛ ਕਰ ਲਓ। ਤੁਸੀਂ ਜਿਹੜੀ ਸਾਡੇ ਕਿਸਾਨਾਂ ਦੀਆਂ ਖੁਦਕੁਸ਼ੀਆਂ, 1 ਸਾਲ 'ਚ 3 ਤੋਂ 4 ਲੱਖ ਕਿਸਾਨ ਮਰਦੇ ਆ, ਖੁਦਕੁਸ਼ੀਆਂ ਕਰਦੇ ਆ, ਉਹ ਇਸ ਕਰਕੇ ਕਰਦੇ ਆ ਕਿਉਂਕਿ ਤੁਸੀਂ ਜਿਹੜੀਆਂ ਨੀਤੀਆਂ ਘੜਦੇ ਹੋ ਨਾ, ਇਹਦੀ ਤੁਸੀਂ ਨੀਂਹ 1966 'ਚ ਰੱਖ ਲਈ ਸੀ, 1966 'ਚ ਨੀਂਹ ਰੱਖੀ ਗ੍ਰੀਨ ਰੈਵੋਲਿਊਸ਼ਨ ਦੇ ਥਰੂ, ਅਤੇ ਉਸ ਨੀਂਹ ਨੇ ਅੱਜ ਖੜ੍ਹੇ ਕਿੱਥੇ ਹਾਂ ਅਸੀਂ, ਸਾਡੇ 'ਤੇ ਕਰਜ਼ੇ ਆ ਅਤੇ ਅਸੀਂ ਖੁਦਕੁਸ਼ੀਆਂ ਕਰਦੇ ਹਾਂ, ਅਤੇ ਉਹਦੇ ਜ਼ਿੰਮੇਵਾਰ ਕੌਣ ਆ ਫਿਰ? ਉਹਦੇ ਜ਼ਿੰਮੇਵਾਰ ਸਰਕਾਰਾਂ ਆਪਾਂ। ਅੱਜ ਤੁਸੀਂ ਜਿਹੜੇ ਪਰਚੇ ਪਾ ਰਹੇ ਹੋ ਨਾ ਸਾਡੇ 'ਤੇ, ਇਹਦੇ 'ਤੇ ਵੀ ਆਉਣੇ ਆ ਅਸੀਂ ਬਾਅਦ 'ਚ, ਉਹ ਤੁਹਾਡੇ 'ਤੇ ਪੈਣੇ ਚਾਹੀਦੇ ਆ। 3 ਤੋਂ 4 ਲੱਖ ਕਿਸਾਨ ਮਰਦਾ, ਕਿਸਾਨਾਂ 'ਤੇ ਕਰਜ਼ੇ ਆ, ਉਹਨਾਂ ਦੇ ਘਰਾਂ 'ਚ ਮੈਨੂੰ ਲੱਗਦਾ ਇੱਥੋਂ ਤੱਕ ਹਾਲਤ ਆ ਵੀ ਕਿਸੇ ਨੇ ਪੈਸਾ ਵੀ ਨਹੀਂ ਦੇਖਿਆ ਹੋਊਗਾ। ਜਦੋਂ ਆੜ੍ਹਤੀਏ ਕੋਲ ਜਾਈਦਾ, ਅਗਲਾ ਪਰਚੀ ਦੇ ਦਿੰਦਾ, ਅਗਲਾ ਕਹਿੰਦਾ ਲਾ ਫਲਾਨੇ ਥਾਂ ਤੋਂ ਜਾ ਕੇ, ਫਲਾਨੇ ਥਾਂ ਤੋਂ ਜਾ ਕੇ ਕੱਪੜਾ ਲੈ ਲਾ, ਜਾਂ ਫਲਾਨੇ ਥਾਂ ਤੋਂ ਜਾ ਕੇ ਸੌਦਾ ਲੈ ਲਾ। ਤੁਸੀਂ ਹਾਲਤ ਕੀ ਕੀਤੀ ਆ ਕਿਸਾਨਾਂ ਦੀ? ਇਹ ਤੁਹਾਡੀਆਂ ਸਾਜ਼ਿਸ਼ਾਂ ਕਰਕੇ ਹੋਈ ਆ। ਸੈਂਟਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਜਿਹੜੀ MSP ਤੁਸੀਂ ਕਹਿੰਦੇ ਹੋ ਨਾ ਵੀ 6% ਕਿਸਾਨਾਂ ਨੂੰ ਮਿਲਦੀ ਆ, ਅਸੀਂ MSP ਕਿਉਂ ਬਣਾਈਏ ਕਾਨੂੰਨ, 6% ਤਾਂ ਕਿਸਾਨਾਂ ਨੂੰ ਮਿਲਦੀ ਆ, ਇਹ ਤੁਹਾਡੀ ਨੀਤੀਆਂ ਕਰਕੇ ਮਿਲਦੀ ਆ। ਤੁਸੀਂ ਤੁਹਾਡਾ ਫੇਲੀਅਰ ਆ, ਇਹ ਕਿਸਾਨਾਂ ਦਾ ਫੇਲੀਅਰ ਨਹੀਂ ਆ। ਜੇ 6% ਕਿਸਾਨਾਂ ਨੂੰ ਤੁਸੀਂ MSP ਮਿਲਦੀ ਆ, ਜਾਂ 6% ਕਿਸਾਨ ਉਹਦੀ ਫਸਲ ਦੀ ਖਰੀਦ ਤੁਸੀਂ ਕਰਦੇ ਹੋ 100% 'ਚੋਂ, ਤਾਂ ਇਹ ਤਾਂ ਤੁਹਾਡੀਆਂ ਨੀਤੀਆਂ ਦਾ ਅਤੇ ਪੋਲਿਸੀਆਂ ਦਾ ਫੇਲੀਅਰ ਆ, ਤੁਹਾਡੇ ਸਿਸਟਮ ਦਾ ਫੇਲੀਅਰ ਆ। ਅਤੇ ਜੇ ਅੱਜ ਕਿਸਾਨਾਂ 'ਤੇ ਕਰਜ਼ਾ ਅਤੇ ਨਾਲ ਕਿਸਾਨ ਖੁਦਕੁਸ਼ੀਆਂ ਕਰਦੇ ਆ, ਉਹਨਾਂ ਦੀਆਂ ਮੌਤ ਦੇ ਜ਼ਿੰਮੇਵਾਰ ਵੀ ਤੁਸੀਂ ਹੋ, ਤੁਹਾਡੇ 'ਤੇ 302 ਦੇ ਪਰਚੇ ਹੋਣੇ ਚਾਹੀਦੇ ਆ। ਤੁਸੀਂ ਇਹ ਜਿਹੜੀ ਫਾਰਮਰ ਜੈਨੋਸਾਈਡ ਕੀਤੀ ਆ ਇਸ ਦੇਸ਼ 'ਚ। ਅਗਲੀ ਗੱਲ ਜੇ ਆਪਾਂ ਇਸ ਗੱਲ 'ਤੇ ਆਈਏ ਵੀ ਸਰਕਾਰ ਦਾ ਜੋ ਐਟੀਟਿਊਡ ਆ ਨਾ ਅੱਜ, ਜੋ ਪੋਲੀਟੀਕਲ ਸਮਝ ਆ, ਹਜੇ ਤੱਕ ਇਸ ਐਜੀਟੇਸ਼ਨ ਦਾ ਉਹਨਾਂ ਨੂੰ ਮੂਲ ਖਾਂਸਾ ਹੀ ਸਮਝ ਨਹੀਂ ਆਇਆ। ਜੇ ਤੁਹਾਨੂੰ ਮੂਲ ਖਾਂਸਾ ਹੀ ਇਸ ਐਜੀਟੇਸ਼ਨ ਦਾ ਸਮਝ ਨਹੀਂ ਆ, ਫਿਰ ਤੁਸੀਂ ਕਿੱਥੋਂ ਮਸਲਿਆਂ ਦੇ ਹੱਲ ਦੇ ਦਿਓਗੇ ਸਾਨੂੰ? ਸਾਡੀ ਧਿਰ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਹੁਣ ਇਹਨਾਂ ਨੇ ਨਾ, ਇਹਨਾਂ ਨੇ ਆਏ ਨਹੀਂ ਸਮਝਣਾ। ਹੁਣ ਸਾਨੂੰ ਸਾਡੀ ਗੈਰਤ 'ਤੇ ਗੱਲ ਆਈ ਆ, ਗੈਰਤ 'ਤੇ ਸੱਟ ਵੱਜੀ ਆ, ਅਤੇ ਫਿਰ ਸਾਨੂੰ ਗੱਲਾਂ ਵੀ ਉਸੇ ਢੰਗ ਨਾਲ ਸਮਝਾਉਣੀਆਂ ਪੈਣੀਆਂ। ਅੱਜ ਦੀ ਮੈਂ ਤੁਹਾਨੂੰ ਘਟਨਾ ਦੱਸਦਾ। ਅੱਜ ਇਹਨਾਂ ਨੇ ਜਿਹੜੇ ਸੰਮਣ ਭੇਜੇ ਮੇਰੇ ਬ੍ਰਦਰ 'ਤੇ ਵੀ, UAPA ਐਕਟ ਮਨਦੀਪ 'ਤੇ, ਉਸ ਐਕਟ ਦੇ ਅਧੀਨ ਇਹਨਾਂ ਨੇ ਸੰਮਣ ਭੇਜੇ ਅਤੇ ਉਹਦੀ ਪੇਛੀ ਰੱਖੀ ਦਿੱਲੀ। ਦਿੱਲੀ FIR ਦਰਜ ਆ, 15 ਦਸੰਬਰ ਦੀ ਕੋਈ FIR ਆ, ਅਤੇ ਉਹਦੇ ਅਧੀਨ ਇਹਨਾਂ ਨੇ ਸੰਮਣ ਭੇਜੇ। ਉਹ ਸੰਮਣ ਹੋਰ ਵੀ ਬੰਦਿਆਂ ਨੂੰ, ਸਾਡਿਆਂ ਨੂੰ ਗਏ ਪੰਜਾਬ 'ਚ, ਹੈ ਨਾ। ਹੁਣ ਇਹਨਾਂ ਨੇ ਉਸ ਹਰ ਵਿਅਕਤੀ ਨੂੰ, ਉਸ ਉਹਨਾਂ ਦੇ ਪਰਿਵਾਰਾਂ ਨੂੰ ਟਾਰਗੇਟ ਕਰਨ ਸ਼ੁਰੂ ਕਰਤਾ, ਜਿਹੜੇ ਪਰਿਵਾਰਾਂ ਦੀ ਜਾਂ ਜਿਹੜੇ ਵਿਅਕਤੀਆਂ ਦੀ ਇਸ ਸੰਘਰਸ਼ 'ਚ ਕੋਈ ਸ਼ਮੂਲੀਅਤ ਆ, ਅਤੇ ਉਹ ਮਾੜਾ ਮੋਟਾ ਇੰਪੈਕਟ ਰੱਖਦੇ ਆ, ਕਿਉਂਕਿ ਇਹਨਾਂ ਨੇ ਇਹੀ ਕਰਨਾ ਹੁੰਦਾ। ਇਹ ਜਿਹੜੇ
पैंतरे आ ना ये बड़े पुराने आ साढ़े परिवार ने तो बड़े ये पहला देखे आ हूँ देख लाँगे वो एड्डी कोई गल नहीं पर इस जिहड़ी थोड़े पैंतड़ियां नाल भी असीं पासे हो जाएंगे तो आपदे हक्कां दी आवाज़ ना बुलंद करांगे ये तो नहीं हो सकता। सो सेंटर नूं असीं या सरकार नूं ये भी कह दिए भी कोई नहीं हुण जे तुसीं हां ही चलना फिर भाजदियां नूं वाण इक्को जिही आ फिर कोई नहीं कच्चे ही सही साढ़े आगुआं नूं भी पता होना चाहिए। हुण मैं कहना चार पांच मंगा होर जोड़ो। सब तो पहली गल तो यह जोड़ो भी जिहड़े किसानां ते करजा चढ़िया वह माफ़ करो, उस तो बिना असीं गल भी नहीं करते, अगली मीटिंग ते भी नहीं आउंदे जे तुसीं किसानां ते जिहड़ा चढ़िया करजा भी अपने लोकां दा भला तां होवे। पहली मंग ही इह रखो भी पहलां तां करजा माफ़ करो तुसीं किसानां ते जिहड़ा चढ़िया उह तुहाडियां नीतियां करके चढ़िया ना वह माफ़ करो, फिर असीं गां गलबात करन नूं आउणे आ तुहाडे कोले। फिर तुसीं इह तां एक मीटिंग च जाने हो फेल हुंदी आ, बेसिट्टा निकलदी आ, अगलियां मीटिंग च उहदियां मंगां ही वधा दो, आउण दो फिर इहनां नूं। ਤੇ ਜਿਹੜੀ 26 ਜਨਵਰੀ ਆ ਨਾ ਹੁਣ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਹੋਣੀ ਚਾਹੀਦੀ ਆ ਉੱਥੇ 26 ਜਨਵਰੀ ਅਸੀਂ ਹੁਣ ਤੱਕ 26 ਨਵੰਬਰ ਬੜਾ ਅਹਿਮ ਸੀ, 26 ਨਵੰਬਰ ਅਹਿਮ ਹੀ ਇਸ ਤਰ੍ਹਾਂ ਸੀ ਜਿਹੜੇ ਕਹਿੰਦੇ ਆ ਨਾ ਵੀ ਅਸੀਂ ਜਾਪਤੇ 'ਚ ਨਹੀਂ, ਅਸੀਂ ਜਾਪਤੇ 'ਚ ਹੀ ਹਾਂ, ਅਸੀਂ ਉਦੇ ਵੀ ਜਾਪਤੇ 'ਚ ਸੀ ਪਰ ਜਾਪਤੇ 'ਚ ਰਹਿੰਦੇ ਹੋਏ ਵੀ ਅਸੀਂ ਬੈਰੀਕੇਡ ਭੰਨੇ ਸੀ ਨਾ, ਜਿਹੜੇ ਟਰੈਕਟਰ 'ਤੇ ਤੁਸੀਂ ਅੱਗੇ ਸਟੇਜ ਲਾਈ ਸੀ ਉਹ ਟਰੈਕਟਰ ਬੈਰੀਕੇਡ ਭੰਨ ਕੇ ਹੀ ਆਇਆ ਸੀ। सो एक्टिव ही जिहड़ा सानू प्रोग्राम देना चाहिदा उहदा इंपैक्ट होना चाहिदा, इंपैक्टफुल प्रोग्राम दिओ। तुहानू इह बेनती आ साडी, साडे जिहड़ी संगत आ लोक आ उहनां दे जज्बातां दी तर्जमानी होवे, इत्थे कोई शरारती आंसर नहीं आ, हर बंदा किसानी दे संघर्ष च आ, तरजीह किसानी दे मुद्दिआं नूं आ, असीं चाहुणे आ, संगत इह चाहुंदी आ, इत्थे देखो सारी संगत खड़ी आ, इन्ने असीं ठंड च इत्थे बैठे हाँ, ये चाहुंदी आ भी लोकां दा भला होवे, किसानां दा भला होवे, पिंडां च रहिंदे जिहड़े लोक आ उहनां दे हालात सुधरन, पिंडां च जो हालात बने हुए आ उह सानू सारिआं नूं पता, पर असीं उहनां तों पता नहीं कदों तक मुणकर हुंदे रहांगे, असल गल ते ही ना आवांगे। असीं इह गल कोई पोलीटिकल, देखो इह पोलीटिकल लड़ाई बणदी जा रही आ, पोलीटिकल रूप बणदा जा रिहा इहदा, चलो ये तो हालात ने उस पासे नूं तोरता, पर लोकां दा भला होना बहुत जरूरी आ, लोकां दा जज्बात आ जिहड़े उस उहनां जज्बातां ते पहरा देना साडा बड़ा जरूरी आ। इत्थे देख लो इन्नी धुंद च वी माड़ा जिहा दिखाओ तुसीं इधर नूं फेर के, सही गल आ, सारे साडे बंदे आ, साडियां मातावां, हाँ जी कोई नहीं आ जा, ये साड़ियाँ मातावां इत्थे है ना, तो साड़ियाँ ये साढ़े लिए लंगर बनाउंदियां, असीं आ के लंगर खा लैंदे आ, कोई गल आ ये इन्हां नूं घर छड़ाए हुए आ, इत्थे बच्चिआं नूं घर छड़ाए हुए आ, बजुर्ग बैठे आ इन्नी ठंड च, चलो असीं फिर आपदे उत्ते माड़ा मोटा झल लांगे इन्हां गल्लां नूं, पर इन्नियां निर्दयी सरकारां, इहो जी गवर्नेंस तुसीं इहनूं गवर्नेंस कहिंदे हो, इस तरह देश चलते आ। हुण उदू बाद तुसी वंगारी जाने हो सानू, जिवें पता नहीं किड्डा क बड़े जंग की तैयारी तुसी विढ़ी बैठे हो, तो उहदे खातर तुसी किड्डे बड़े बड़े खर्चे कर दोगे, तुसी आपदियां आर्मड फोर्सेस नू बुलाओगे, बैरीकेटिंग करोगे, कंटेनर्स रखोगे, पर किसानां नू उहनां दा हक नहीं देने, किसानां नू ਇਹ ਨਹੀਂ ਕਹਿਣਾ ਵੀ ਨਹੀਂ ਤੁਹਾਨੂੰ ਕੋਈ ਨਹੀਂ ਤੁਹਾਡੇ ਹੱਕ ਦਿੰਦੇ ਹਾਂ, ਤੁਹਾਡੀ ਖਾਤਰ ਵੀ ਕੁਛ ਕਰਦੇ ਹਾਂ, ਇਹ ਨਹੀਂ ਕਰਨਾ ਅਸੀਂ। ਔਰ ਮੈਨੂੰ ਸਮਝ ਹੀ ਨਹੀਂ ਆ ਰਹੀ ਕਿਸ ਤਰ੍ਹਾਂ ਦੇ ਹਾਲਾਤ ਆ ਇੱਥੇ, ਉਹਨਾਂ ਹਾਲਾਤਾਂ ਨੂੰ ਕੋਈ ਸਮਝ ਨਹੀਂ ਰਿਹਾ, ਕੋਈ ਤੁਹਾਡੇ 'ਚੋਂ ਹੀ ਬੰਦਾ ਕੋਈ ਨੇਕ ਰੂਹ ਹੋਵੇ ਉਹਦੇ ਅੰਦਰ ਕਿਤੇ ਮਾੜੀ ਮੋਟੀ ਇਨਸਾਨੀਅਤ ਜਾਗ ਜੇ, ਹੈ ਨਾ। ਸੋ ਇਹਨਾਂ ਗੱਲਾਂ ਨੂੰ, ਇਹਨਾਂ ਮਸਲਿਆਂ ਨੂੰ ਜੇ ਕੋਈ ਸਮਝਦਾ ਨਹੀਂ ਫਿਰ ਅਸੀਂ ਆਪਦੇ ਆਪ ਨੂੰ ਇਨਸਾਨ ਕਹਿੰਦੇ ਹਾਂ। ਆਈ ਥਿੰਕ ਯੂ ਨੋ ਇਟਸ ਵੀ ਆਰ ਫਾਰ ਅਵੇ ਫਰੋਮ ਬੀਇੰਗ ਅ ਹਿਊਮਨ ਬੀਇੰਗ। ਸੋ ਜਿਸ ਢੰਗ ਨਾਲ ਇਸ ਸੰਘਰਸ਼ ਨਾਲ ਲੋਕ ਜੁੜੇ ਹੋਏ ਆ, ਇੱਥੇ ਹੀ ਨਹੀਂ ਸਾਰਾ ਪੰਜਾਬ, ਸਾਰਾ ਹਰਿਆਣਾ, ਇੱਧਰੋਂ ਯੂਪੀ ਵਾਲੇ ਕੀ, ਰਾਜਸਥਾਨ ਵਾਲੇ ਕੀ, ਹੋਰ ਪਾਸਿਓਂ ਬੰਦੇ ਕੀ, ਫਿਰ ਬਾਹਰਲੀ ਸੰਗਤ ਜੋ ਇਹਦੇ ਨਾਲ ਜੁੜੀ ਹੋਈ ਆ, ਉਹ 'ਚ ਬੈਠੇ ਚਾਹੇ ਬਾਹਰ ਆ, ਉਹਨਾਂ ਦੇ ਰੂਹ ਵੀ ਇੱਥੇ ਆ, ਉਹਨਾਂ ਦੇ ਦਿਲ ਵੀ ਇੱਥੇ ਆ। ਸੋ ਇਹ ਕੋਈ ਇਹਦੀ ਇੰਪੋਰਟੈਂਸ ਆ ਨਾ, ਜਿਹੜੀ ਇਹਦੀ ਇੰਪੋਰਟੈਂਸ ਇਸ ਸੰਘਰਸ਼ ਦੀ, ਇਹ ਕੋਈ ਸਥਾਨਕ ਨਹੀਂ ਆ, ਇਹ ਲੋਕਲ ਨਹੀਂ ਆ, ਗਲੋਬਲ ਆ। ਸਰਕਾਰ ਨੂੰ ਅਸੀਂ ਹੁਣ ਵੀ ਕਹਿ ਰਹੇ ਹਾਂ ਵੀ ਤੁਸੀਂ ਸਮਝ ਜਾਓ, ਤੁਸੀਂ ਜੋ ਗੱਲਬਾਤ ਦਾ ਸਿਲਸਿਲਾ ਜਾਂ ਸੰਘਰਸ਼ ਦਾ ਜੋ ਇਹਦੀ ਰੂਪ ਰੇਖਾ, ਇਹਨੂੰ ਵਿਗਾੜੋ ਨਾ,
हालात ना पैदा करो भी यह विगड़ के किसी होर पासे नू जावे। आपकी जिहड़ी थोड़े कोले सिस्टम आ जां तुसी जिन्ने रिसोर्सिज रखे हुए आ जां आपदियां फोर्सेस ते इन्ना हंकार ना करो भी तुसी किसी तरह भी लोगों नू इन्ना क दबल दबा दो या उन्हां नू कुचल दो भी लोग बोलन जोगे भी ना रहन। जदों जदों जबर ते जुलम किते वधूगा उदों उदों उहदा विरोध भी पैदा होगा, उहदे खिलाफ आवाज़ भी, इह कुदरती वतारा उहदे वरतारा, इहदे खिलाफ आवाज़ भी उठूगी, बुलंद होगी। सो ये जिहड़े लोग आ ना, ये थोड़े जबर ते जुलम नू ठालण वास्ते बैठे आ। दुनिया देख रही है इस संघर्ष नू, दुनिया देख रही आ इन्हां लोकां नू, ते इन्हां लोकां ने इत्थों दा सब कुछ बदल देना, तरज़ जिंदगी बदल देनी आ जे तुसीं ना सुधरे तां। सो साडी तां तुहानू बेनती आ भी हुण जिहड़े इहो जिहे हालात ना पैदा करो, जिहड़े हालात तुसीं समें समें तों सानू पैदा करदे आ रहे हो, सानू उन्हां हालातों चों गुजरना पैंदा, उन्हां हालातों दी देण भी इत्थे एड्डी कु वड्डी अराजकता पैदा हो रही आ। कोई सार्थक समाज नहीं, उन्हां च नैतिकता नहीं रही, उन्हां च ह्यूमैनिटी नहीं रही। तुसीं इह देखो जे किसानां च इकोनमी वाइज भी देखिए, जे किसानां कोले पैसे होणगे तां उह समान खरीदणगे, कोई मोटरसाइकिल खरीदू, कोई कार खरीदू, कोई होर समान खरीदणगे तां इकोनमी च पैसा आऊगा, इकोनमी च पैसा आऊगा तां इकोनमी प्रॉस्पर होगी। इह तां सिंपल जिहा फॉर्मूला ना ना, पर थोड़ियां नीतियां नाल जिहड़ी वैल्थ आ उह तुसीं एक्यूमुलेट कर रहे हो कुछ ही हत्थां च, कुछ लोगों तक ही वैल्थ रह जाती आ, बाकी तां हैंड टू माउथ आ। जे ज्यों रहे आ तां ज्यों रहे आ, उह बस उस ढंग नाल ही ज्यौंदे रहण। उहनां दी तुसीं जिवें ज्यौना किवें आ, उन्होंने रहना किवें आ, खाना की आ, पहनना की आ, यह भी प्रभाषित तुसी करन लग गए। वह है कौन लोग, यह भी प्रभाषित तुसी करन लग गए। ऐं तां नहीं चलता हुंदा, जिहड़ी सदियां तों कोई सभ्यतावां, सदियां तों सिविलाइजेशनस इवॉल्व होईआं, जिहड़ियां विकसित होईआं, उहनां नूं तुसी प्रभाषित करोंगे, तुसी रब तों वी वड्डा आपदे आप नूं मन्नण लग गए, यह ऐं तां नहीं चलता हुंदा। सो यह अराजकता तुसी पैदा कीती आ, तुसी इस अराजकता के जिम्मेवार हो, तुसी इन्हों मौतों के जिम्मेवार हो, थोड़े ते परचे पैने चाहिए आ, UAPA भी थोड़े ते पैना चाहिए। तुसी तां इस देश दे हक च नहीं कर रहे जो कर रहे हो, जे असल तौर ते मन्नीए देश दे जिहड़े एंटी नैशनल तां सरकारां, एंटी नैशनल लोग नहीं आ, आ लोग एंटी नैशनल आ जिहड़े सड़कां ते बैठे आ, इत्थे धूणियां लाई बैठे आ, तुसी तां बैठे हो कोठियां च हीटर ला के, है ना। असी इतों कदों तारा खिंचते हैं, जे किसी ने हीटर लाना, उतों फलाना पानी उतों आता, लंगर उतों आता, इतने बाथरूम आए बनाए हुए, इतने पता नहीं की हाल आए, इनह्यूमन कंडीशनस असी रह रहे हैं, किसी को कोई फर्क ही नहीं पै रहा, और हजे तक थोनू समझ ही नहीं आ रही, तो तुम इनू गवर्नेंस कहने हो, तो तुम देश में गवर्न कर रहे हो। आई थिंक यू गाइज शुड बी अशेम्ड ऑफ योर सैल्फ। सो इन गल् आप मीटिंग दर मीटिंग होंगी रहू, किसान जथेबंदियों के आगुआ मेरी अपील आ, मेरी बेनती आ भी अगली मीटिंग जाने तो पहला मंग पहली ये होनी चाहिए आ भी पहला करो करजा माफ, फिर टेबल ते बैठांगे असी। सो इन्नियां कु गल्लां आपां करनियां सी, मेरे वालों बहुत सारा प्यार ते सत्कार संगत नू, चढ़दी कला च रहो, चढ़दी कला ही सानू साडे रहबरां ने गुरुआं ने सिखाई आ, जिउंदे वसदे रहो। सत श्री अकाल जी।